सरकार ने देने नहीं जी कुछ, क्या मुआवजा दे देंगे जी फसल का? कुछ नहीं मिलना। अजे तक साढ़े को गिरदौरी वास्ते कोई नहीं पहुंचा, ये खर्चे भी साढ़े पूरे नहीं होने, कोई आस नहीं है जी सरकार की। मेरे पिंडे उत्ते छमका पौंदा मीह अड़िया, मेरी फसल मर गई मैं करांगा की अड़िया, पुत्ता वांग पाल फसलां मैं अपना परिवार पालदा, कुछ तो रहम कर रब्बा मैं तो पहले ही कर्जदार हाँ, पर इंज जापदा है जिवें रब नूं किसानां ते रहम नहीं आ रहा। स्वागत है सारे दर्शकों का, तुसीं PDC न्यूज़ वेख रहे हो तो मैं लवप्रीत बंगड़ साडा खास प्रोग्राम लैके हाजिर हाँ, किसानां ते मार धोखेबाज कुदरत बेदर्द सरकार। जी हाँ, किसानां ते लगातार धोखेबाज कुदरत की मार पै रही है, तो दूजे पासे इंज जापदा है कि जिवें सरकार भी हुण किसानां दी सार नहीं लै रही। एक पासे सूबे दी सरकार दे वल्लों ये गल कही गई सी कि 6 अप्रैल तक किसानां नूं मुआवजा मिल जाएगा, पर हुण इंज जापदा है कि जिवें सरकार किसानां दे नाल इक कोझा मजाक कर रही है। इस तरीक नूं अगे वधा के ये कह दिता गया है कि हुण मुआवजा 14 अप्रैल नूं मिलना है। 26 हो गई तुम ला लो भी 10 दिन ला लो, 6-7 अप्रैल तक इस खराबे दे पैसे ਤੁਹਾਡੇ ਹੱਥਾਂ 'ਚ ਹੋਣੇ ਚਾਹੀਦੇ ਨੇ, ਕਿਉਂਕਿ ਜਦੋਂ 60 ਵਜੇ ਮੱਲਮ ਉਦੋਂ ਹੀ ਚੰਗੀ ਲੱਗਦੀ। 15,000 ਰੁਪਏ ਇੱਕ ਕਿੱਲੇ ਦਾ ਮਿਲੂਗਾ ਜੀ, 10 ਦਿਨਾਂ ਦੇ ਵਿੱਚ ਤੁਹਾਡੇ ਖਾਤੇ 'ਚ ਪੈਸੇ ਆ ਜਾਣਗੇ 15,000। ਪਿਛਲੇ ਦਿਨੀ ਗੜਿਆਂ ਦੀ ਮਾਰ ਹੋਈ, ਬਰਸਾਤ ਹੋਈ ਬੇਮੌਸਮੀ, ਪੱਕੀ ਫਸਲ 'ਤੇ ਗੜੇ ਪੈ ਗਏ। ਮੈਂ ਦੇਖ ਕੇ ਆਇਆ ਫਾਜ਼ਿਲਕਾ ਵੱਲ, ਮਲੋਟ ਵੱਲ, ਮੁਕਤਸਰ ਵੱਲ, ਬਠਿੰਡੇ ਵੱਲ, ਰਾਮਪੁਰਾ ਫੂਲ ਦੇ ਪਿੰਡਾਂ 'ਚ ਆ ਕੇ ਆਇਆ। ਬਿਲਕੁਲ ਪੱਕੀ ਫਸਲ ਜਿਹੜੀ ਹੈ ਉਹ ਖਰਾਬ ਹੋ ਗਈ। ਹੁਣ ਉਹਦੇ ਚਾਂਸ ਨਹੀਂ ਕਿ ਉਹ ਰਿਵਾਈਵ ਹੋ ਜਾਏ, ਕਿਉਂਕਿ ਉਹ ਦਾਣਾ ਪੱਕਿਆ ਪਿਆ ਸੀ। ਤਾਂ ਅਸੀਂ ਹੋਰ ਨਹੀਂ ਕੁਛ ਕਰ ਸਕਦੇ, ਤਾਂ ਸਰਕਾਰਾਂ ਕੋਲ ਆਪਦਾ ਪ੍ਰਬੰਧਨ ਲਈ ਪੈਸੇ ਹੁੰਦੇ ਨੇ, ਉਹਦੇ 'ਚ ਕਦੇ ਕੋਈ ਘਾਟ ਨਹੀਂ ਹੁੰਦੀ ਫੰਡਾਂ 'ਚ। ਅਸੀਂ 15,000 ਰੁਪਈਆ 1 ਏਕੜ ਦਾ, ਅਸੀਂ ਗੁਰਦੌਰੀਆਂ ਚੱਲ ਰਹੀਆਂ ਨੇ, 14 ਤਰੀਕ ਨੂੰ ਵਿਸਾਖੀ ਹੈ, ਹਾਲਾਂਕਿ ਜਿਹੜੀ ਵਿਸਾਖੀ ਹੈ ਉਹ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ 'ਚ ਹੁੰਦੀ ਹੈ, ਪਰ ਸਾਡੇ ਨਾਲ ਕੁਦਰਤ ਨੇ ਥੋੜ੍ਹਾ ਜਿਹਾ ਉਲਟਾ ਕੀਤਾ ਕਿ ਸਾਡੀ ਹਾੜੀ ਦੀ ਫਸਲ ਖਰਾਬ ਹੋ ਗਈ। ਇਸ ਵਾਰ ਅਸੀਂ ਖੁਸ਼ੀ ਤਾਂ ਨਹੀਂ ਮਨਾ ਸਕਦੇ, ਪਰ ਇੰਨਾ ਕਹਿ ਕੇ ਜ਼ਖਮਾਂ 'ਤੇ ਮੱਲਮ ਜ਼ਰੂਰ ਲੱਗ ਸਕਦੀ ਹੈ। ਮੈਂ 14 ਅਪ੍ਰੈਲ ਨੂੰ ਹਜ਼ਾਰਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ 15,000 ਰੁਪਈਏ ਪਾਵਾਂਗੇ ਵੀ, ਅਤੇ ਚੈੱਕ ਵੀ ਉਹਨਾਂ ਨੂੰ ਫੜਾ ਕੇ ਆਵਾਂਗੇ। ਤਾਂ ਜੀ ਹਾਂ, ਇੱਕ ਪਾਸੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਫਸਲ ਖਰਾਬ ਹੋਣ ਦਾ ਮੁਆਵਜ਼ਾ 6 ਅਪ੍ਰੈਲ ਤੱਕ ਦਿੱਤਾ ਜਾਏਗਾ, ਅਤੇ ਹੁਣ ਇਸ ਤਰੀਕ ਨੂੰ ਅੱਗੇ ਵਧਾ ਕੇ 14 ਅਪ੍ਰੈਲ ਨੂੰ ਇਹ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਭਰ ਤੋਂ ਸਾਡੇ ਪੱਤਰਕਾਰ ਸਾਡੇ ਨਾਲ ਜੁੜਨਗੇ, ਤੁਹਾਨੂੰ ਗਰਾਊਂਡ ਰਿਪੋਰਟਾਂ ਵਿਖਾਵਾਂਗੇ, ਤੁਹਾਨੂੰ ਮੌਜੂਦਾ ਹਾਲਾਤ ਵਿਖਾਵਾਂਗੇ, ਕਿਸਾਨਾਂ ਦਾ ਦਰਦ ਸੁਣਾਵਾਂਗੇ। ਪਰ ਸਭ ਤੋਂ ਪਹਿਲਾਂ ਗੱਲ ਯੋਗੇਸ਼ ਦੇ ਨਾਲ ਕਰਦੇ ਹਾਂ, ਯੋਗੇਸ਼ ਦਾ ਰੁਖ ਕਰ ਲੈਂਦੇ ਹਾਂ ਜੋ ਹੁਸ਼ਿਆਰਪੁਰ ਤੋਂ ਸਾਡੇ ਨਾਲ ਸਾਡੇ ਪੱਤਰਕਾਰ ਜੁੜੇ ਹੋਏ ਨੇ। ਯੋਗੇਸ਼, ਚੇਤ ਇਸ ਵਾਰ ਕਿਸਾਨਾਂ ਦੇ ਲਈ ਚਿੰਤਾਵਾਂ ਲੈ ਕੇ ਆਇਆ, ਤਬਾਹੀ ਲੈ ਕੇ ਆਇਆ, ਹਰ ਪਾਸੇ ਕਿਸਾਨਾਂ ਦੀਆਂ ਫਸਲਾਂ ਜੋ ਨੇ ਉਹ ਤਬਾਹ ਹੋ ਗਈਆਂ ਨੇ, ਧੋਖੇਬਾਜ਼ ਕੁਦਰਤ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ, ਕਿਸਾਨਾਂ ਦਾ ਸਰਕਾਰ ਦੇ ਪ੍ਰਤੀ, ਸਰਕਾਰ ਦੇ ਇਸ ਰਵੱਈਏ ਦੇ ਪ੍ਰਤੀ ਕੀ ਕੁਝ ਕਹਿਣਾ ਹੈ? ਜੀ ਲਵਪ੍ਰੀਤ, ਜਿੱਥੇ ਕਿ ਮਾਝਾ ਅਤੇ ਮਾਲਵਾ ਦਾ ਬੁਰਾ ਹਾਲ ਦਿਖਾਈ ਦਿੱਤਾ ਹੈ ਫਸਲਾਂ ਦੇ ਵਿੱਚ, ਇੱਕ ਰੱਬੀ ਜਿਹੜਾ ਕਹਿਰ ਡਿੱਗਿਆ ਕਿਸਾਨਾਂ 'ਤੇ, ਉੱਥੇ ਹੀ ਦੁਆਬਾ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਹੁਸ਼ਿਆਰਪੁਰ ਤੋਂ ਸ਼ੇਅਰ ਕਰ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਜਿਹੜੀ ਹੈ ਇਸ ਵੇਲੇ ਜ਼ਮੀਨ ਨਾਲ ਲੱਗੀ ਨਜ਼ਰ ਆ ਰਹੀ ਹੈ, ਔਰ ਕਿਸ ਹਾਲਾਤ ਦੇ ਨਾਲ ਇਹ ਜ਼ਮੀਨ ਨਾਲ ਜੁੜ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਲਵਪ੍ਰੀਤ, ਕਿ ਜ਼ਮੀਨ ਥੱਲੋਂ ਨਜ਼ਰ ਆ ਰਹੀ ਹੈ ਜਿਹੜੀ ਜਿਹੜੀ ਫਸਲ ਹੈ ਉਹ ਪੂਰੀ ਤਰ੍ਹਾਂ ਇਸ ਵੇਲੇ ਬਾਰਿਸ਼ ਦੇ ਕਹਿਰ ਦੇ ਨਾਲ ਜ਼ਮੀਨ ਨਾਲ ਵਿਛੀ ਹੋਈ ਨਜ਼ਰ ਆ ਰਹੀ ਹੈ। ਸੋ ਜਿੱਥੇ ਇਹ ਕਹਿਰ ਮਾਝਾ ਅਤੇ ਮਾਲਵਾ 'ਚ ਪਿਆ ਹੈ ਉੱਥੇ ਹੀ ਦੁਆਬਾ ਵੀ ਕਿਤੇ ਤੋਂ ਬਚਿਆ ਦਿਖਾਈ ਨਹੀਂ ਦੇ ਰਿਹਾ। ਲਵਪ੍ਰੀਤ, ਇੱਥੇ ਸਾਡੇ ਨਾਲ ਕਿਸਾਨ ਵੀਰ ਨੇ ਜਿਹਨਾਂ ਦੀਆਂ ਫਸਲਾਂ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਇੱਕ ਰੱਬ ਦਾ ਕਹਿਰ ਪਿਆ ਆ, ਬਰਸਾਤ ਬੇਮੌਸਮੀ ਬਰਸਾਤ ਨੇ ਸਾਰੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਹਾਲਾਤ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਵੇਂ ਇਸ ਵੇਲੇ ਫਸਲਾਂ ਦੇ ਹਾਲਾਤ? ਬਾਤ ਤਾਂ ਦੇਖੋ ਜੀ, ਜਿੰਨਾ ਵੀ ਮਿਹਨਤ ਕੀਤੀ ਹੁਣ ਪੱਕਣ 'ਤੇ ਆਈ ਆ, ਦੇਖ ਲਓ ਕੀ ਇਹਦੇ 'ਚੋਂ ਲੇਬਰ ਵਾਲਿਆਂ ਨੇ ਵੀ ਅੱਧ 'ਤੇ ਵੱਢਣ ਨੂੰ ਨਹੀਂ ਮੰਨਦੇ, ਅਤੇ ਜੇ ਵਧਾਉਣੇ ਆ ਤਾਂ ਸਾਰੇ ਦਾਣੇ ਉੱਦਾਂ ਝੜ ਜਾਣੇ ਆ ਵਿੱਚ, ਇਹ ਤਾਂ ਸਾਡੇ 'ਤੇ ਪੱਲੇ ਕੁਛ ਵੀ ਨਹੀਂ ਪੈਣਾ, ਚੌਥਾ ਹਿੱਸਾ ਵੀ ਨਹੀਂ ਰਹਿਣਾ ਪੱਲੇ। ਫਸਲ ਬੀਜਦੇ ਹੋ ਇੱਕ ਆਸਾ ਦੇ ਨਾਲ ਵੀ ਫਸਲ ਹੋਊਗੀ, ਮਾਮਲਿਆਂ 'ਤੇ ਵੀ ਜ਼ਮੀਨਾਂ ਲੈਂਦੇ ਹੋ, ਕਰਜ਼ੇ 'ਤੇ ਵੀ ਬੀਜ ਲੈਂਦੇ ਹੋ, ਠੀਕ ਹੈ ਨਾ, ਇੱਕ ਆਸ ਹੁੰਦੀ ਹੈ ਵੀ ਫਸਲ ਸਹੀ ਹੋਊਗੀ ਤਾਂ ਘਰ ਵੀ ਚੱਲੂਗਾ ਤਾਂ ਉਹ ਕਰਜ਼ੇ ਵੀ ਲਿਸ ਜਾਊਗੇ, ਇਸ ਵੇਲੇ ਉਹ ਜਿਹੜੀ ਆਸ ਹੈ ਉਹਦਾ ਕੀ ਬਣੇ?
ਆਸਦਾ ਹੀ ਹੈ ਹਲੇ ਸਾਰੇ ਜਿੰਨੇ ਜ਼ਿਮੀਂਦਾਰ ਆ ਸਾਰਿਆਂ ਨੇ ਲੋਨ 'ਤੇ ਹੀ ਆ ਲਿਮਟਾਂ ਬਣਾਈਆਂ ਆ ਲਿਮਟਾਂ ਵੀ ਆ ਕਣਕ 'ਤੇ ਆਸ ਹੁੰਦੀ ਹੈ ਸਾਲ ਬਾਅਦ ਬਾਕੀ ਜਿਹੜੀ ਸਾਡੇ ਇੱਧਰ ਸਬਜ਼ੀ ਦੀ ਫਸਲ ਉਹਦਾ ਵੀ ਐਤਕੀ ਰੇਟ ਨਹੀਂ ਰਿਹਾ ਕੁਛ ਹੀ ਨਹੀਂ ਰਿਹਾ ਹੁਣ ਜਿਹੜੀ ਕਣਕ ਦੀ ਆਸ ਸੀਗੀ ਇਹ ਵੀ ਖਤਮ ਹੋ ਗਈ ਇਹ ਤਾਂ ਬਿਲਕੁਲ ਹੀ ਹੁਣ ਖਤਮ ਹੋ ਗਈ ਤੁਹਾਡੇ ਸਾਹਮਣੇ ਆ ਦੇਖੋ ਜ਼ਮੀਨ ਨਾਲ ਲੱਗੀ ਪਈ ਹੈ ਸਾਰਾ ਅੰਗੂਰ ਮਾਰ ਗਈ ਥੱਲੇ ਦਾ ਪਾਸਾ ਜਿਹੜਾ ਉੱਪਰਲਾ ਹੈ ਉੱਦਾਂ ਲੇਬਰ ਜੋਗੀ ਬੰਨੀ ਹੋਣੀ ਹੈ ਇੱਕ ਕੋਈ ਢੰਗ ਤਰੀਕਾ ਜਿੱਦਾਂ ਕਿ ਹੁਣ ਧੁੱਪਾਂ ਖੁੱਲ੍ਹ ਕੇ ਪੈ ਰਹੀਆਂ ਇਹ ਕਿਸੇ ਤਰੀਕੇ ਖੜੀ ਹੋ ਸਕਦੀ ਨਹੀਂ ਜੀ ਇਹ ਨਹੀਂ ਹੋਣੀ ਇਹ ਪੱਕ ਗਈ ਹੈ ਹੁਣ ਡਿੱਗੀ ਆ ਨਾ ਇਹ ਤਾਂ ਖੜੀ ਹੋਣ ਦੇ ਚਾਂਸ ਹੀ ਨਹੀਂ ਨਾ ਤਾਂ ਕੰਪੈਨ ਨੇ ਵੱਢਣੀ ਆ ਇਹ ਅਤੇ ਨਾ ਲੇਬਰ ਜਿਹੜੀ ਆ ਉਹਨੇ ਅੱਧ 'ਤੇ ਬੰਨੀ ਵੱਢਣ ਨੂੰ ਤਿਆਰ ਆ ਕੋਈ ਸੋ ਲਵਪ੍ਰੀਤ ਫਿਲਹਾਲ ਤਾਂ ਇਹ ਮੁਸ਼ਕਲ ਦੇਖੋ ਸਾਹਮਣੇ ਨਜ਼ਰ ਆ ਰਹੀ ਹੈ ਕਿ ਕੀ ਹਾਲਾਤ ਨੇ ਇਸ ਵੇਲੇ ਫਸਲ ਦੇ ਔਰ ਇਸ ਨੂੰ ਕੋਈ ਲੇਬਰ ਤੱਕ ਨਹੀਂ ਮਿਲ ਰਹੀ ਇਸ ਦੀ ਕਟਾਈ ਲਈ ਲੇਬਰ ਤੱਕ ਨਹੀਂ ਮਿਲ ਰਹੀ ਹੋਰ ਕਿਸਾਨ ਵੀਰ ਨੇ ਉਹਨਾਂ ਕੋਲ ਜਾਣਾਂਗੇ ਆਸ ਦੇ ਨਾਲ ਕਰਜ਼ੇ ਚੱਕ ਕੇ ਲਿਮਟਾਂ ਚੱਕ ਕੇ ਫਸਲ ਬੀਜਦੇ ਹੋ ਉਹ ਆਸ ਜਦੋਂ ਰੱਬ ਦੇ ਕਹਿਰ ਦੇ ਨਾਲ ਇੱਦਾਂ ਜ਼ਮੀਨ ਦੇ ਨਾਲ ਵੇਚ ਜਾਂਦੀ ਹੈ ਉਸ ਤੋਂ ਬਾਅਦ ਕੀ ਆਸ ਰੱਖਦੇ ਹੋ ਇਹ ਤਾਂ ਹੁਣ ਸਾਡੇ ਤਾਂ ਮਤਲਬ ਜਿੱਦਾਂ ਕਹਿੰਦੇ ਹੁੰਦੇ ਵੀ ਕਰਮੇ ਹੀ ਮਾੜੇ ਹੋ ਗਏ ਬਈ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਆਪਣੇ ਜਿੱਦਾਂ ਇੱਕ ਬੱਚੇ ਨੂੰ ਪਾਲੀ ਦਾ ਇੱਦਾਂ ਇਹਦੀ ਸੇਵਾ ਪਾਣੀ ਕੀਤੀ ਉਦੋਂ ਬਾਅਦ ਚਲੋ ਬੜੀਆਂ ਵਧੀਆ ਫਸਲਾਂ ਹੋਈਆਂ ਸੀ ਬੜੀ ਉਮੀਦ ਸੀ ਵੀ ਚਲੋ ਜਿਹੜੇ ਚਾਰ ਪੈਸੇ ਕਿਸੇ ਦੇ ਲੈਣੇ ਦੇਣੇ ਆ ਉਹ ਇਹਦੇ ਵਿੱਚੋਂ ਸਾਨੂੰ ਮਤਲਬ ਇੱਕ ਆਸ ਸੀ ਰੋਜ਼ ਰੋਜ਼ ਇੱਕ ਖਬਰਾਂ ਦੇਖਦੇ ਪਏ ਹਾਂ ਵੀ ਹਰ ਇਲਾਕੇ ਦੇ ਵਿੱਚ ਜਾ ਕੇ ਮੰਤਰੀ ਸੁੱਧ ਲੈ ਰਹੇ ਆ MLA ਸੁੱਧ ਲੈ ਰਹੇ ਇੱਥੇ ਕਿੰਨੀ ਕੁ ਸੁੱਧ ਲਈ ਇੱਥੇ ਕੋਈ ਨਹੀਂ ਜੀ ਸਾਡੇ ਇੱਥੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਪਟਵਾਰੀ ਨਾ ਕੋਈ ਗਰਦਾਵਰ ਅੱਜ ਤੱਕ ਕਿਸੇ ਨੇ ਕੋਈ ਸਾਡੀ ਸਾਰ ਨਹੀਂ ਲਈ ਤਾਂ ਫਿਰ ਉਹ ਆਸ ਦਾ ਕੀ ਜਿਹੜੀ ਸਰਕਾਰ ਵੱਲੋਂ ਮਿਲੀ ਉਹ ਜਿਹੜੀ ਸਰਕਾਰ ਵੱਲੋਂ ਮਿਲੀ ਉਹ ਤਾਂ ਸਾਨੂੰ ਇਹ ਵੀ ਨਹੀਂ ਪਤਾ ਵੀ ਉਹ ਸਾਨੂੰ ਦੇਣਗੇ ਕਿੱਦਾਂ 15,000 ਨਾਲ ਅਸੀਂ ਕੀ ਆ ਘੱਟੋ ਘੱਟ ਸਾਨੂੰ ਜ਼ਿਮੀਂਦਾਰ ਨੂੰ ਇੱਕ ਇੱਕ ਖੇਤ ਦਾ ਜਿਹੜਾ ਮੁਆਵਜ਼ਾ ਆ 50,000 ਤੱਕ ਦੇਣਾ ਚਾਹੀਦਾ ਯੋਗੇਸ਼ ਜੁੜੇ ਰਹੋ ਸਾਡੇ ਨਾਲ ਸਾਡੇ ਪੱਤਰਕਾਰ ਅਬੋਹਰ ਤੋਂ ਅਵਤਾਰ ਵੀ ਜੁੜ ਚੁੱਕੇ ਨੇ ਅਵਤਾਰ ਬੇਮੌਸਮੀ ਬਰਸਾਤ ਨੇ ਅਜਿਹਾ ਕਹਿਰ ਬਰਪਾਇਆ ਹੈ ਕਿ ਕਿਸਾਨਾਂ ਦੀਆਂ ਤਮਾਮ ਖੁਸ਼ੀਆਂ ਉਹਨਾਂ ਦੀਆਂ ਆਸ਼ਾਵਾਂ ਉਮੀਦਾਂ ਤਬਾਹ ਹੋ ਗਈਆਂ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਛਾਈ ਹੋਈ ਹੈ ਖੇਤਾਂ 'ਚ ਖੜੀ ਫਸਲ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕੀ ਹੈ ਅਬੋਹਰ 'ਚ ਕਿਹੋ ਜਿਹੇ ਹਾਲਾਤ ਨੇ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਜੀ ਲਵਪ੍ਰੀਤ ਜੇਕਰ ਗੱਲ ਬੇਮੌਸਮੀ ਬਰਸਾਤ ਕਰਕੇ ਕਿਸਾਨਾਂ ਦੀ ਖਰਾਬ ਹੋਈ ਫਸਲ ਦੀ ਕੀਤੀ ਜਾਵੇ ਤਾਂ ਇੱਕ ਜਿਹੜਾ ਵੱਡਾ ਨੁਕਸਾਨ ਜਿਹੜਾ ਹੈਗਾ ਕਿਸਾਨਾਂ ਦਾ ਹੋਇਆ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਜਿਹੜਾ ਤਬਾਹ ਹੋ ਗਈਆਂ ਹੈਗੀਆਂ ਅਤੇ ਜੇਕਰ ਗੱਲ ਅਬੋਹਰ ਦੀ ਕੀਤੀ ਜਾਵੇ ਤਾਂ ਅਬੋਹਰ ਦੇ ਵਿੱਚ ਵੀ ਹਾਲਾਤ ਉਹੋ ਜਿਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਉਸੇ ਖੇਤ ਦੇ ਵਿੱਚ ਹੈ ਜਿੱਥੇ ਕਣਕ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਵਿੱਛ ਚੁੱਕੀ ਹੈ ਪੱਕੀ ਹੋਈ ਫਸਲ ਹੈ ਲੇਕਿਨ ਇਹ ਪੂਰੀ ਜਿਹੜੀ ਹੈ ਕਹਿ ਸਕਦੇ ਕਿ 100% ਜਿਹੜੀ ਇਸ ਦਾ ਨੁਕਸਾਨ ਹੋਇਆ ਹੈਗਾ ਕਿਸਾਨ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਫਸਲ ਹੀ ਜਿਹੜੀ ਬੇਮੌਸਮੀ ਬਰਸਾਤ ਹੈ ਉਹਦੇ ਕਰਕੇ ਫਸਲਾਂ 'ਤੇ ਬਹੁਤ ਵੱਡਾ ਨੁਕਸਾਨ ਹੈ ਕਣਕਾਂ ਜਿਹੜੀਆਂ ਹੈਗੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਇਹਨਾਂ ਦਾ ਤੁਹਾਡੇ ਸਾਹਮਣੇ ਹੀ ਸਾਰੇ ਹਾਲਾਤ ਜੱਗ ਜ਼ਾਹਿਰ ਨੇ ਕੋਈ ਇਹਦੇ ਵਿੱਚ ਸਾਡੇ ਮੂੰਹੋਂ ਦੱਸਣ ਵਾਲੀ ਮੇਰੇ ਖਿਆਲ ਕੋਈ ਲੰਮੀ ਚੂੜੀ ਗੱਲ ਰਹਿ ਨਹੀਂ ਗਈ ਸਰਕਾਰ ਜਿਹੜੇ ਦਾਅਵੇ ਕਰ ਰਹੀ 15,000 ਰੁਪਈਆ ਅਸੀਂ ਵਿਸਾਖੀ ਤੱਕ ਹਰੇਕ ਫਾਰਮਰ ਦੇ ਖਾਤੇ 'ਚ ਪਾ ਦਿਆਂਗੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅੱਜ ਤੱਕ ਇੰਨੀਆਂ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਪਟਵਾਰੀ ਜਿਹੜੇ ਹੈਗੇ ਆ ਉਹ ਕਿਸਾਨ ਦੇ ਖੇਤਾਂ ਤੱਕ ਨਹੀਂ ਪਹੁੰਚ ਸਕੇ ਹਜੇ ਤੱਕ ਇੱਕ ਗੱਲ ਕਲੀਅਰ ਨਹੀਂ ਵੀ 15,000 ਰੁਪਏ ਜਿਹੜਾ ਫੁੱਲ ਖਰਾਬ ਹੈ ਉਹ ਕਿਹੜੀ ਕਣਕ ਲਈ ਮੰਨਿਆ ਗਿਆ ਵੀ ਉਹਦੇ ਪੈਰਾਮੀਟਰ ਕੀ ਨੇ ਵੀ ਉਹ ਕਿਸ ਜ਼ਿਮੀਂਦਾਰ ਨੂੰ ਮਿਲੇਗਾ ਕਿਸ ਪੈਰਾਮੀਟਰ 'ਤੇ ਮਿਲੇਗਾ ਅਤੇ ਕਦੋਂ ਮਿਲੇਗਾ ਦੂਸਰਾ ਸਵਾਲ ਤੁਹਾਡੇ ਸਾਹਮਣੇ ਹੈ ਬਿਲਕੁਲ ਜਿਹੜੇ ਕਣਕ ਦੇ ਦਾਣੇ ਹੈਗੇ ਕਾਲੇ ਹੋ ਚੁੱਕੇ ਹੈ ਜੇ ਅਸੀਂ ਆ ਕਣਕ ਸਾਰੀ ਕਿਸੇ ਤਰੀਕੇ ਨਾਲ ਸਮੇਟ ਕੇ ਮੰਡੀ ਵੀ ਲੈ ਕੇ ਜਾਵਾਂਗੇ ਅਤੇ ਜਿਹੜੇ ਹਿੰਦੁਸਤਾਨ ਸਰਕਾਰ ਦੇ ਪੈਰਾਮੀਟਰਸ ਨੇ ਜਿਹੜੇ ਉਹ ਸਾਡੇ ਜਿਹੜੇ ਜ਼ਿਮੀਂਦਾਰ ਹੁਣ ਪੂਰੇ ਕਰ ਪਾਉਣਗੇ ਸਾਨੂੰ ਉਹਦੇ ਵਿੱਚ ਵੀ ਰਿਲੈਕਸੇਸ਼ਨ ਚਾਹੀਦੀ ਹੈ ਬਿਲਕੁਲ ਅਰਮਾਨ ਜਿਸ ਤਰ੍ਹਾਂ ਦੇ ਨਾਲ ਜਿਹੜੇ ਪੂਰੇ ਹੋ ਗਏ ਕਿ ਕੀ ਕਹਿਣਾ ਹੈ ਜੀ ਮਤਲਬ ਕਿ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੈ ਕਿ ਕਿਸਾਨ ਕੋਲ ਇੱਕ ਫਸਲ ਹੁੰਦੀ ਹੈ ਜਿਹਦੇ ਨਾਲ ਘਰ ਦੇ ਵਿੱਚ ਜਿਹੜਾ ਪੈਸਾ ਵੀ ਆਉਂਦਾ ਅਤੇ ਦਾਣੇ ਵੀ ਆਉਂਦੇ ਆ ਸਭ ਖਤਮ ਹੋ ਗਏ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਤਾਂ ਬਹੁਤ ਮੰਦਭਾਗੇ ਆ ਇਹ ਸਾਰਾ ਜਿਹੜਾ ਅਬੋਹਰ ਏਰੀਆ ਕਈ ਪਿੰਡ ਤਾਂ ਜਮ੍ਹਾਂ ਹੀ ਤਬਾਹੀ ਕਰਦੇ ਆ ਗੜੇਮਾਰੀ ਬਹੁਤ ਜ਼ਿਆਦਾ ਹੋਈ ਹੈ ਕੁਛ ਆ ਜਿਹੜੀ ਕਣਕ ਡਿੱਗੀ ਆ ਇਹ ਵੀ ਤਬਾਹ ਵਾਲਾ ਸਿਸਟਮ ਹੀ ਹੈ ਜੀ ਇਹ ਕੋਈ 10-20% ਹੋਊਗੀ ਇਦੂ ਜ਼ਿਆਦਾ ਨਹੀਂ ਹੁੰਦੀ ਗੀ ਪਰ ਸਰਕਾਰ ਜਿਹੜਾ ਦਾਅਵੇ ਕਰ ਰਹੀ ਹੈ 15% ਹੀ ਨੁਕਸਾਨ ਹੋਇਆ ਉਹ ਸਾਨੂੰ ਅਸੀਂ ਉਹਨਾਂ ਅਧਿਕਾਰੀਆਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਪੁੱਛਣਾ ਚਾਹੁੰਦੇ ਹਾਂ ਵੀ ਸਾਨੂੰ ਵਿਖਾਓ ਕਿੱਥੇ ਕਿਹੜੇ ਖੇਤ 'ਚ 15% ਨੁਕਸਾਨ ਹੋਇਆ ਅਸੀਂ ਵੇਖੀਏ ਵੀ ਕਿਹੜੇ ਹਿਸਾਬ ਨਾਲ ਤੁਸੀਂ ਇਹਦਾ ਅੰਦਾਜ਼ਾ ਮੰਨ ਲਓ ਲਾਉਣੇ ਹੋ ਹਿਸਾਬ ਕਿਤਾਬ ਲਾਉਣੇ ਹੋ ਵੀ 15% ਨੁਕਸਾਨ ਹੋਇਆ ਸਾਰੀ ਕਣਕ ਦਾ ਤਬਾਹ ਹੋ ਚੁੱਕੀ ਹੈ ਹਜੇ ਵੀ 15% ਨੁਕਸਾਨ ਹੋਇਆ ਫਿਰ 15% ਤੇ ਤੁਸੀਂ ਕੀ ਦਿਓਗੇ ਅਫਤਾਰ ਸਰਕਾਰ ਨੇ ਕਿਸਾਨਾਂ ਦੀ ਬਾਹ ਫੜਨ ਦਾ ਮੁਆਵਜ਼ਾ ਦੇਣ ਦਾ ਐਲਾਨ ਤਾਂ ਕੀਤਾ ਸੀ ਤਮਾਮ ਦਾਅਵੇ ਕੀਤੇ ਗਏ ਸੀ ਪਰ ਹੁਣ ਮੁਆਵਜ਼ਾ ਦੇਣ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਇਸ ਨੂੰ ਲੈ ਕੇ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਜੀ ਲਵਪ੍ਰੀਤ
तमाम जड़े है जेकर गल्लां देखिया जाए स्थिति जी देखी जाए तो सरकार वालों जड़े दावे जरूर किए जा रहे हैं लेकिन जमीनी हकीकत की गल की जाए तो हले तक किसानों वालों कहा गया है कि गिरदौरी करने के लिए कोई भी अधिकारी नहीं पहुँचे पटवारी नहीं पहुँचे है जिस तरह के जड़े सरकार जड़े दावे कर रही है कि चौ बैसाखी से जरा उन्हों की जेबा च जरा मुआवजा आएगा इस बारे भी किसानों के नाल गल करते हैं की है दावे जरूर कर रही है कि सरकार जी है मुख्यमंत्री साहब ने कहा है कि जो बैसाखी वाले दिन जो है खात्या के जरा मुआवजा आ जाएगा। देखो मैं बिल्कुल आसवंद हाँ भी जे मुख्यमंत्री साहब ने कहा तो यह गल यकीनन तौर पर हकीकत होगी पर मैं थोड़े जरिए थोड़े हालात देख सकदा जो पटवारी ने वो कित्थे बैठ के गिरदौरियां करनगे किहड़े किसान दे खाते जाणगे पर मैं सेंटर सरकार नूं भी थोड़े जरिए बेनती करना चाहुंदा भी इस दुख की घड़ी तो इस माड़े हालातों के ना सियासत करके किसान वल सोचना चाहिए। जी बिल्कुल लवप्रीत ये कहना बिल्कुल गलत नहीं होएगा कि किसान देश का अन्नदाता हैगा और किसान ने पूरी खून पसीने की मेहनत नाल जिहड़ी कणक की फसल पाली वढ़नी ही बाकी सी लेकिन कुदरत की मार ने कणक की फसल खेतों में विछा के रख दी है। एक बार नहीं लगातार दो तीन बार बारिश और झक्खड़ ने किसान नूं साह लैण दा भी संभलण दा भी मौका नहीं दिता जिस करके काफ़ी नुकसान होया नज़र आ रहा है। पंजाब के वख-वख हिस्सों खेतों में खड़ी कणक के अजिहे ही हालात हैं। जी लवप्रीत जी बिल्कुल मैं इत्थे ये दसना भी जरूरी समझदा कि किसान की कली कणक की फसल का नुकसान नहीं होया किसान दियां चारे दियां फसलां भी खराब हुई ने और आने वाले समय किसान दे जड़े जानवर ने दुध देने वाले उन्हां लई तूड़ी की भी भारी कमी आ सकती है। और मैं बिल्कुल तुहाडे कहन मुताबिक मैं किसानां नाल भी गल करांगा कि की हालात ने किसानां दे और किसानां दी किस तरह की मंग हैगी। जी तुहाडे खेत च खड़े आ कणक काफ़ी बुरी तरह विछी हुई है की लगता कि नुकसान है? देखो जी नुकसान तो बहुत हो गया नुकसान तो तुम सामने दिता भाई बहुत सारे कणक बेच भी है साढ़े तो पल कुछ नहीं रह गया जो भी फसल का नुकसान है साढ़े जिन्हें गिनो भी साढ़े पल कुछ नहीं है सारी विशी पी है थले जो किसानों भी साढ़े हालात वेख के सरकार ने जो लान भगवंत मान ने किया कि जो थोड़े फसल का नुकसान होगा तो थोड़े को भी पटवारी या कोई कोई भी आएगा अधिकारी आएगा थोड़ी सार लैन वास्ते साढ़ी सार लैन वास्ते अब तक कोई नहीं पहुंचा तो थोड़ा नुकसान साढ़ा दस ही रहा भी कि होया पे कि फसल साढ़ी सारी बिल्कुल तबाह हो चुकी है। जिस तरह हालात बने हुए हैं अभी देख रहे हैं कणक पूरी तरह विछी हुई है झाड़ कटन की संभावना तो लग रही है लेकिन मैं ये दसो कि कणक की कोई क्वालिटी से भी मार पाई देखो क्वालिटी तो ही मार पाएगी जो साढ़े हाथ से कुछ आएगा तो बाकी रही को नहीं गए तो या भी कुछ तो जिमें किसी खबड़ाई वाले लै जाएंगे कोई चगाई लै गए साढ़े पल तो कुछ भी नहीं पैना। मैं कैमरामैन कहंगा कि पिछले बने जो किसान खेतों के बने हालात ने उन्होंने झाती मारी जाए और दिखाया जाए भी किस तरह किसान लगातार अपने खेतों में आके अपनी खेतों में डिगी फसल बचाने दी कोशिशों लग्या है लेकिन किसान लगातार बेबस नज़र आ रहा है और इत्थे बड़ी अफसोस नाल ये कहना पड़ेगा कि किसानों की सार लैण लई ना तो कोई खेतीबाड़ी अधिकारी पुज्या और ना ही किसी प्रशासनिक अधिकारी ने लोड़ समझी खेतों में आके किसानों नूं दिलासा देने की या उन्हां दी फसलों का जायजा लैके बनता मुआवजा देने की। अजिहा किसानों के साफ तौर पर रोस वेख्या जा सकता है सरकार के प्रति किसानों का साफ तौर पर यह कहना है कि सरकार ने तमाम दावे किए से उन्होंने बांह फड़न दे पर जमीनी हालात जमीनी हकीकत कुछ होर ने सरकार अपने वादियां तो मुकरती हुई नज़र आ रही है। ये गल कह रही है कि हुण मुआवजा 14 अप्रैल को दिता जाएगा। गुरदासपुर का रुख करते हैं गुरदासपुर चलते हैं जितों साडे पत्रकार रवि बख्श ने भी ग्राउंड के हालात विखाए ने जिते किसानों का यो कहना है कि कित्थे रख ला बचा के तैनू कण के रुत ते सरकार बेईमान हो गई कितने रख ना लुको के तेन कणके नहीं रुत बेईमान हो गई। ये सत्र इस वक्त किसानी के हालातों के उत्ते जड़ियां ने वो साफ ढुकदियां नज़र आ रही ने क्योंकि बीते दिनों तो बेमौसमी बरसात जी है पंजाब सूबे के अंदर हुई है और इसने कणक की फसल का खास करके काफ़ी ज़्यादा नुकसान किया जिते बाकी फसलों के उत्ते भी सब्जियों के चारे का भी नुकसान होया पर कणक जो है इस बार फिर तो बहुत ज़्यादा प्रभावित हो चुकी है। तुम देख सकते हो असं इस वक्त खड़े हैं जिले गुरदासपुर के पिंड गजरीपुर के खेतों के इस रकबे दे और देख सकते हो कि वड्डी गिनती जिथे फसल पक्की हुई सी पर सारी की सारी फसल जी है इस वक्त जो है जमीन के उत्ते वेच चुकी है। खास करके दिखावांगे कि किस तरह देखो कि ये जी आम लेमैन के तौर पर जेकर गल करिए पिछों जी है सारी ये थलों गल चुकी है काली हो चुकी है और जो सिट्टे की गल करिए सिट्टा भी जड़ा है ये किसानों के मुताबिक जो है वो अद्धा जड़ा है वह हो गया है और कणक के दाने जड़े ने वो भी जड़े इस वक्त जो है वो छोटे रह गए हैं और तुम देख सकते हो कि काफ़ी ज़्यादा नुकसान जो है वो 50% के लगभग जो असं कही तो वह जो है वो इतने होया साफ दिखाई दे रहा किसान मेरे नाल मौजूद ने उन्होंने गलबात करांगे।
हाँ जी की कहना चाहते हो किस तरह जोड़ा है इस वक्त जी है क्योंकि अगे ही किसानी जी है वह मंदे हालात चलती है कर्जे दे मार हेठ है किसान हूँ अजे हालात हो गए ने कुदरती करोपी भी हो गई है की महसूस हूँ तो यही चाहते हैं जी सरकार कोई मदद करे ये मुआवजे का इंतजाम करे अजे तक साढ़े को गिरदौरी वास्ते कोई नहीं पहुँचा सरकार का नुमाइंदा अजे तक कोई नहीं आया जी तो असं मंग करने जी यदा मुआवजा दिता जाए तो घाट तो इन्नी आई है दाने की भी घाट है तो डंगर वास्ते भी बहुत वही घाट आई है तूड़ी वे अच्छा। तूड़ी भी यदि पूरी नहीं बननी जी तूड़ी भी बहुत घट जी बननी है वह भी बहुत काली जो दाना है कोई ये दाने टाइप का नहीं रह गया था दाने बिलकुल वन थर्ड हो गए थे जी ते हुण मंडियां दी गल कर लैंदे आ 1 अप्रैल तो सरकारी खरीद शुरू हुंदी है किसान लगातार अपनी फसल लैके मंडियां दे विच पहुंचदे ने मंडियां फसलां दे नाल भरियां होईयां हुंदियां ने इन्हां दिनां दे विच पर जदों खेतां च ही फसलां तबाह हो गईयां होण तां अजिहे च मंडी दे किहो जिहे हालात हो सकदे ने इह तुहानूं विखाउंदे आ खन्ना च सब तो वड्डी एशिया की अनाज मंडी है जिथों साडे पत्रकार गुरदीप साडे नाल जुड़े हुए ने गुरदीप खन्ना च एशिया की सब तो वड्डी अनाज मंडी है कुदरत दे कहर तो बाद इत्थे किहो जिहे हालात ने कि किसान पहलां वांग अपनियां फसलां लैके उन्नी ही वड्डी गिनती दे विच इत्थे पहुँच रहे ने ते जो किसान पहुँचे ने उन्हां नूं किहड़ियां परेशानियां दा सामना करना पै रिहा है जी लवप्रीत असी इस वक्त खड़े हैं एशिया की सब तो वड्डी अनाज मंडी खन्ना दे विच ते थोनू खन्ना मंडी के हालात दिखा दें जिथे कि 1 अप्रैल नू अगे तो किसानों दी फसलों नाल ये मंडी भर जाती है तो कणक की फसल जिहड़ी है वह इन्नी हो जाती है कि ट्राली द्वारा सिटन नू जगह नहीं मिलती तो थोनू हुण खन्ना एशिया की जिहड़ी सब तो वड्डी मंडी है वो हालात दिखा दें इस वक्त इत्थे सरों की फसल जरूर पई है किसान वीर रह गए जिहड़े कि इत्थे सरों की फसल जरूर लैके आए हुए हैं पर कणक का जिहड़ा दाणा है इस टाइम इत्थे वेखण नूं नहीं मिलदा तुसीं दूर दूर तक देख सकदे हो किते भी जिहड़ी कणक दी फसल इस मंडी दे विच नहीं आई ते इस दे नाल नाल ही इह शैड है जिथे कि किसानां दी फसल रखण नूं इह जगह बनाई गई है तुसीं इत्थे दे भी हालात देख सकदे हो क्योंकि हजे तक फसल नहीं आई तां साफ सफाई भी ऐसे तरीके दी है दावे जरूर कीते जांदे ने वी मंडियां दे विच खरीद प्रबंध मुकम्मल कर लए ने पर जदों फसल आएगी उदों ही पता लगेगा इह प्रबंध किहो जिहे ने क्योंकि फसल तो ही आएगी जे सरकार गदावरी कराएगी तो क्या नाम है वीर जी थोड़ा सरजीत सिंह है जी कहे जे हालात ने इस बार फसल दे माड़े ही हालात हैं जी फसल दे ना कितना परसेंट नुकसान होया 50% नुकसान है जी 100 चो अद्धे पल्ले पैना जी मतलब पल्ले कुछ नहीं पैना कणक चो 1 तरीक तो झोने की असर कणक की खरीद शुरू होनी सी थोनू की लगता कद तक कणक आएगी मंडी च कणक तो 12 तरीक तक आऊगी विसाखी के नेड़े जाके आऊगी जी कणक सरकार दूगी कुछ गुरदीप आड़ती भाईचारे का की कुछ कहना है जिहड़ी फसल मंडियां दे विच पहुंच रही है उस च किन्नी कु जो है वह नमी वेखन नूं मिल रही है नमी का जो पैमाना तय किया गया हुंदा है कि उस दे विच कोई बदलाव किया गया है उस दे विच किसानां नूं राहत देने दे लई कि किसी तरीके की कोई कटौती की गई है गुरदीप जी लवप्रीत साडे नाल इस वक्त मौजूद ने खन्ना मंडी के आड़ती जिहड़े कि दस सकते ने इस बारे तो उन्हां तों जान लैंदे आ वी की जिहड़ा है पैमाना रखिया गया क्या नाम है जी तुहाडा मेरा नाम यादविंदर सिंह है जी तो यादविंदर जी जिहड़ी कणक दे है कणक दे विच रिलैक्सेशन कोई दित्ती गई है भी नमी की मात्रा घटाउण दी वधाउण दी कुछ नहीं हले देखो जी कणक दे विच नमी की मात्रा हल तां रिलैक्सेशन कोई नहीं दित्ती हल तां पहलां ही चलदियां ने क्योंकि हले गल इह आ भी दाणा मंडी च हले कणक भी नहीं आई पूरी जदों कणक आऊगी तां पता लगेगा भी किन्नी नवीं वाली कणक मंडी च आ रही है फिर जो किन्ना उहदे च डिसकलर आ रिहा डैमेज आ रिहा फिर वो अकॉर्डिंगली जे कोई वो कमी पेशी हुई तो सरकार वो इमीजिएट एक्शन करेगी फिर वो रिलैक्सेशन कोई सेंटर दूगा उस पंजाब सरकार वालों हजे तक कुछ नहीं पंजाब सरकार कलो हले कुछ नहीं है कोई गल नहीं वो तो जो फसल आ जाएगी मंडी के फसल आजगी तो वह सारा पता लगू भी कि नुकसान आ कि ये डैमेज है कि डिसकलर है कि मॉइस्चर आम आ रहा है तो जो पुराना हले तो पैमाने पुराने ही ने कोई रिलैक्सेशन वाली गल तो है नहीं हले।
ਤਾਂ ਜੀ ਹਾਂ, ਇੱਕ ਪਾਸੇ ਕਿਸਾਨਾਂ 'ਚ ਮੁਆਵਜ਼ੇ ਨੂੰ ਲੈ ਕੇ ਰੋਸ ਸਾਫ਼ ਵੇਖਿਆ ਜਾ ਸਕਦਾ ਹੈ, ਤਾਂ ਦੂਜੇ ਪਾਸੇ ਹੁਣੇ ਹੁਣੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਇੱਕ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਹੈ ਕਿ ਮੁਆਵਜ਼ੇ ਵਾਲੀ ਮੀਟਿੰਗ ਤਾਂ ਹਾਲੇ ਹੋ ਹੀ ਨਹੀਂ ਸਕੀ ਹੈ, ਅਤੇ ਇਸ ਦੇ ਪਿੱਛੇ ਮੁੱਖ ਮੰਤਰੀ ਸਾਹਿਬ ਦੇ ਰੁਝੇਵਿਆਂ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ। ਰੁਝੇਵੇਂ ਦੇ ਕਾਰਨ ਜਿਹੜਾ ਹੈ ਮੀਟਿੰਗ ਰੱਦ ਹੋਈ ਹੈ, ਅਦਰਵਾਈਜ਼ ਜਿਹੜੀ ਸਪੈਸ਼ਲ ਗੋਦਾਵਰੀ ਉਹ ਗੋਦਾਵਰੀ ਦਾ ਕੰਮ ਚੱਲਦਾ ਪਿਆ ਸੀ, ਉਹਦੇ 'ਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤਾਂ ਜਦੋਂ ਪਹਿਲਾਂ ਗੜੇਮਾਰੀ ਹੋ ਗਈ ਸੀ ਫਜ਼ਿਲਕਾ ਬੈਲਟ ਅਤੇ ਹਾਊਸ ਬੈਲਟ ਦੇ ਵੀ ਸਾਰੀ ਮਾਲਵੇ ਦੇ ਵਿੱਚ, ਉਦੋਂ ਹੀ ਸਾਰਿਆਂ ਨੂੰ ਆਰਡਰ ਕਰ ਦਿੱਤਾ ਸੀ ਡਿਪਟੀ ਕਮਿਸ਼ਨਰ ਨੂੰ ਔਰ ਡਿਪਾਰਟਮੈਂਟ ਨੂੰ, ਸਾਰਿਆਂ ਨੂੰ ਸਾਡੇ ਨੂੰ ਵੀ ਜਲਦ ਤੋਂ ਜਲਦ ਰਿਪੋਰਟ। ਉਸ ਤੋਂ ਬਾਅਦ ਅਸੀਂ ਦੇਖਿਆ ਹੋਰ ਬਾਰਿਸ਼ਾਂ ਵੀ ਨਾਲ ਹੋਈਆਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਅਨਾਊਂਸ ਕਰ ਦਿੱਤਾ ਸੀ ਵੀ ਅਸੀਂ ਇਹਨਾਂ ਨੂੰ ਵਿਸਾਖੀ ਤੋਂ ਪਹਿਲਾਂ ਪਹਿਲਾਂ ਰਾਹ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਉਹਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਸੀਗੇ, MLA ਸਾਹਿਬਾਨ ਜਿੰਨੇ ਵੀ ਹੈ ਖੁਦ ਮੌਕੇ 'ਤੇ ਆਪਣੇ ਹਲਕਿਆਂ 'ਚ ਗਏ, ਸਾਰਿਆਂ ਨੇ ਡਿਊਟੀ ਲੱਗੀ ਸਾਡੇ ਸਾਰੇ MLA'ਆਂ ਦੀ, ਔਰ ਸਾਰਿਆਂ ਨੇ ਜਾ ਕੇ ਦੇਖਿਆ ਵੀ ਆਪਣੇ ਹਲਕੇ ਦੇ ਹਾਲਾਤ ਕੀ ਹੈ, ਔਰ ਉਹਦੇ ਮੁਤਾਬਿਕ ਸਾਰੇ ਡਿਪਟੀ ਕਮਿਸ਼ਨਰ ਨੂੰ ਟੀਚਾ ਦਿੱਤਾ ਗਿਆ ਵੀ 13 ਤੋਂ 14 ਤਰੀਕ ਤੱਕ ਆਪਾਂ ਉਹਨਾਂ ਨੂੰ ਜਿਹੜਾ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਕਦਾ ਇਸ ਗੋਦਾਵਰੀ ਦੇ ਵਿੱਚ ਤਕਰੀਬਨ 60% ਦੇ ਕਰੀਬ ਅਸੀਂ ਕੰਮ ਪੂਰਾ ਕਰ ਲਿਆ, ਕਿਉਂਕਿ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਆਪ ਇਸ ਚੀਜ਼ ਦੀ ਨਿਗਰਾਨੀ ਨੂੰ ਮੋਨੀਟਰ ਕਰ ਰਹੇ ਆ, ਸਾਡੇ ਤੋਂ ਬਹਿ ਕੇ ਸਾਡੇ ਕੋਲ ਰਿਪੋਰਟ ਲੈ ਰਹੇ ਆ, ਡਿਪਟੀ ਕਮਿਸ਼ਨਰ ਕੋਲ ਲੈ ਰਹੇ ਆ, FCR ਸਾਹਿਬ ਹਰ ਵੇਲੇ ਅਟੈਚ ਹੋ ਕੇ ਰਿਪੋਰਟ ਹੁੰਦੇ ਰਹੇ, ਔਰ ਉਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤਾਂ ਕਿ ਕਿਸੇ ਨੂੰ ਐਮਰਜੈਂਸੀ ਕਿਸੇ ਡਿਪਟੀ ਕਮਿਸ਼ਨਰ ਨੂੰ ਅਗਰ ਕੋਈ ਰਾਹਤ ਰਾਸ਼ੀ ਜਾਰੀ ਕਰਨੀ ਪੈਂਦੀ ਹੈ, ਉਹਨਾਂ ਨੇ ਤਕਰੀਬਨ 50-50 ਲੱਖ ਰੁਪਈਆ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਦੇ ਡਿਪਟੀ ਕਮਿਸ਼ਨਰ ਦੇ ਖਾਤੇ 'ਚ ਸਪੈਸ਼ਲੀ ਪਾਇਆ ਵੀ ਬਹੁਤ ਐਮਰਜੈਂਸੀ ਰਾਸ਼ੀ ਜਿਹੜੀ ਹੈ ਉਹਨੂੰ ਆਪਾਂ ਉਹਦੇ ਖਾਤੇ 'ਚ ਪਾ ਸਕੀਏ ਫਾਰਮਰਸ ਦੇ ਖਾਤੇ 'ਚ। ਤਾਂ ਜੀ ਹਾਂ, ਇੱਕ ਪਾਸੇ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ, ਤਾਂ ਦੂਜੇ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਕਿ ਮੁਆਵਜ਼ੇ ਵਾਲੀ ਮੀਟਿੰਗ ਤਾਂ ਹਾਲੇ ਹੋਈ ਹੀ ਨਹੀਂ ਹੈ, ਪਰ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ 14 ਅਪ੍ਰੈਲ ਤੱਕ ਮੁਆਵਜ਼ਾ ਕਿਸਾਨਾਂ ਤੱਕ ਪਹੁੰਚ ਜਾਵੇਗਾ। ਖੈਰ, ਅੱਜ ਦੇ ਇਸ ਖਾਸ ਪ੍ਰੋਗਰਾਮ 'ਚ ਮੇਰੇ ਨਾਲ ਫਿਲਹਾਲ ਬਸ ਇੰਨਾ ਹੀ। PDC ਨਿਊਜ਼ 'ਤੇ ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਰਹੇਗਾ ਜਾਰੀ। ਫਿਲਹਾਲ ਮੈਨੂੰ ਜਾਂ ਲਵਪ੍ਰੀਤ ਬੰਗਣ ਨੂੰ ਦਿਓ ਇਜਾਜ਼ਤ, ਧੰਨਵਾਦ, ਰੱਬ ਰਾਖਾ।